ਖੁਬਾਇਸ਼ ਵੈਲਫੇਅਰ ਸੁਸਾਇਟੀ ਸੇਵਾ ਦੇ ਸਮੂਹ ਮੈਂਬਰਾਂ ਵੱਲੋਂ ਸ਼੍ਰੀ ਗੁਰੂ ਰਵਿਦਾਸ ਗੁਰਦੁਆਰਾ ਪਿੰਡ ਕਰਨਾਣਾ ਵਿਖੇ ਆਪਣਾ ਇੱਕ ਸਾਲ ਸੰਸਥਾ ਦਾ ਪੂਰਾ ਹੋਣ 'ਤੇ ਮੈਗਾ ਕੈਂਪ ਦਾ ਆਯੋਜਨ ਕੀਤਾ ਗਿਆ, ਜਿਸ ਦੇ ਵਿੱਚ ਇਲਾਕੇ ਦੇ ਨਾਮਵਰ ਡਾਕਟਰਾਂ ਨੇ ਆ ਕੇ ਆਮ ਲੋਕਾਂ ਦੀ ਸੇਵਾ ਦੇ ਵਿੱਚ ਚੈੱਕਅਪ ਕੀਤਾ ਅਤੇ ਲੋੜਵੰਦ ਮਰੀਜ਼ਾਂ ਨੂੰ ਦਵਾਈਆਂ ਮੁਫ਼ਤ ਦਿੱਤੀਆਂ ਗਈਆਂ। ਇਸ ਮੌਕੇ ਰਾਜਨੀਤਿਕ ਪਾਰਟੀਆਂ ਨੁਮਾਇੰਦਿਆਂ ਵੱਲੋਂ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਗਈ, ਜਿਨ੍ਹਾਂ ਦੇ ਵਿੱਚ ਹਲਕਾ ਇੰਚਾਰਜ ਬੰਗਾ ਕੁਲਜੀਤ ਸਰਾਲ ਜੀ ਅਤੇ ਇਹਨਾਂ ਦੇ ਨਾਲ ਨਾਲ ਸਤਨਾਮ ਸਿੰਘ ਜਲਵਾਹਾ ਜੀ ਅਤੇ ਹਲਕਾ ਬੰਗਾ ਤੋਂ ਸਾਬਕਾ ਉਮੀਦਵਾਰ ਆਮ ਆਦਮੀ ਪਾਰਟੀ ਮੈਡਮ ਹਰਜੋਤ ਕੌਰ ਲੋਟੀਆ ਵੱਲੋਂ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਗਈ। ਇਸ ਕੈਂਪ ਦੇ ਵਿੱਚ ਲਗਭਗ 1300 ਤੋਂ ਲੈ ਕੇ 1500 ਤੱਕ ਦੇ ਮਰੀਜ਼ਾਂ ਨੇ ਲਾਹਾ ਲਿਆ, ਜਿਨ੍ਹਾਂ ਦੇ ਵਿੱਚ ਅੱਖਾਂ ਦਾ ਚੈੱਕਅਪ, ਦੰਦਾਂ ਦਾ ਚੈੱਕਅਪ, ਦਿਲ ਦੀਆਂ ਬਿਮਾਰੀਆਂ ਚੈੱਕਅਪ ਅਤੇ ਇਹਦੇ ਨਾਲ ਨਾਲ ਚਮੜੀ ਰੋਗਾਂ ਦੇ ਮਹਾਂ ਡਾਕਟਰ ਇਸ ਮੌਕੇ ਆਪਣੀ ਸੇਵਾ ਨਿਭਾ ਕੇ ਗਏ ਅਤੇ ਇਹਦੇ ਨਾਲ ਦੇ ਨਾਲ ਹੱਡੀਆਂ ਦੇ ਡਾਕਟਰਾਂ ਵੱਲੋਂ ਵੀ ਆਪਣੀ ਵਿਸ਼ੇਸ਼ ਤੌਰ 'ਤੇ ਅਹਿਮ ਭੂਮਿਕਾ ਨਿਭਾਈ, ਜੋ ਕਿ ਕਾਬਲੇ ਤਾਰੀਫ ਸੀ। ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਵੱਲੋਂ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਇਸ ਕੈਂਪ ਨੂੰ ਨੇਪਰੇ ਚਾੜ੍ਹ ਪੁਖਤਾ ਪ੍ਰਬੰਧ ਕੀਤੇ ਗਏ ਸਨ ਅਤੇ ਚਾਹ ਪਾਣੀ ਦਾ ਲੰਗਰ ਦਾ ਪ੍ਰਬੰਧ ਵੀ ਖਾਸ ਤੌਰ 'ਤੇ ਕੀਤਾ ਗਿਆ ਅਤੇ ਇਸ ਮੌਕੇ ਇਸ ਕੈਂਪ ਦੇ ਵਿੱਚ ਦੂਰੋਂ ਦੂਰੋਂ ਆ ਕੇ ਇਲਾਕੇ ਦੀਆਂ ਸੰਗਤਾਂ ਨੇ ਇਸ ਕੈਂਪ ਦਾ ਫਾਇਦਾ ਉਠਾਇਆ ਅਤੇ ਇਸ ਕੈਂਪ ਦੇ ਨੇਪਰੇ ਚਾੜ੍ਹ ਵਾਲੇ ਸਮੂਹ ਕਮੇਟੀ ਮੈਂਬਰਾਂ ਵੱਲੋਂ ਵੱਧ ਚੜ੍ਹ ਕੇ ਯੋਗਦਾਨ ਪਾਇਆ ਗਿਆ ਅਤੇ ਇਸ ਮੌਕੇ ਡਾਕਟਰ ਦਵਿੰਦਰ ਕੌਰ ਚੀਮਾ ਵੀ ਜਿਹੜੀ ਸੀ ਗਾਇਨੀ ਡਾਕਟਰ, ਇਹਨਾਂ ਵੱਲੋਂ ਵੀ ਖਾਸ ਤੌਰ 'ਤੇ ਫਰੀ ਮੈਡੀਕਲ ਚੈੱਕਅਪ ਦੇ ਵਿੱਚ ਆ ਕੇ ਆਪਣੀ ਹਾਜ਼ਰੀ ਲਗਵਾਈ ਅਤੇ ਆਪਣਾ ਜੀਵਨ ਸਫਲਾ ਕੀਤਾ। ਇਸ ਮੌਕੇ ਡਾਕਟਰ ਸੁਖਵਿੰਦਰ ਕੁਮਾਰ ਵੱਲੋਂ ਆਏ ਹੋਏ ਸਮੂਹ ਡਾਕਟਰਾਂ ਦਾ ਧੰਨਵਾਦ ਕੀਤਾ ਅਤੇ ਉਹਨਾਂ ਨੇ ਆਸ਼ਵਾਸਨ ਦਵਾਇਆ ਕਿ ਆਉਣ ਵਾਲੇ ਸਮੇਂ ਵਿੱਚ ਵੀ ਉਹਨਾਂ ਦੀ ਜਿਹੜੀ ਵੈਲਫੇਅਰ ਕਮੇਟੀ ਸੁਸਾਇਟੀ ਹੈਗੀ ਆ, ਆਉਣ ਵਾਲੇ ਸਮੇਂ ਵਿੱਚ ਵੀ ਜਿਹੜੇ ਆਪਣੇ ਕੈਂਪ ਆਯੋਜਨ ਕਰਦੀ ਜਾਵੇਗੀ ਤਾਂ ਜੋ ਇਲਾਕੇ ਦੇ ਸਮੂਹ ਗਰੀਬ ਅਤੇ ਲੋੜਵੰਦ ਲੋਕਾਂ ਨੂੰ ਇਹਦਾ ਫਾਇਦਾ ਮਿਲ ਸਕੇ। ਤੁਸੀਂ ਦੇਖ ਰਹੇ ਹੋ ਈਗਲ ਆਈ 24 ਚੈਨਲ। ਸਾਡਾ ਚੈਨਲ ਦੇਖਣ ਲਈ ਲਾਈਕ ਕਰੋ, ਸ਼ੇਅਰ ਕਰੋ ਅਤੇ ਕਮੈਂਟ ਕਰੋ ਔਰ ਹਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ। ਅਭੀ ਇਧਰ ਹਮ ਖੁਆਇਸ਼ ਵੈਲਫੇਅਰ ਸੁਸਾਇਟੀ ਕੇ ਕੈਂਪ ਨਾਲ ਆਏ ਹੋਏ ਹੈ ਗੈਸਟ੍ਰੋਐਂਟਰੋਲੋਜੀ ਕੇ ਸਰਵਿਸਿਜ਼ ਦੇਣੇ ਕੇ ਲਈ। ਮੈਂ ਡਾਕਟਰ ਅਨੁਰਾਗ ਸਚਾਨ, MD DM PGI ਚੰਡੀਗੜ੍ਹ, ਯਹਾਂ ਪੇ ਆਪਣਾ ਸੁਵਿਧਾ ਦੇ ਰਹੇ ਹੈ। ਅਭੀ ਸੁਬਹੇ ਸੇ ਯਹਾਂ ਪੇ ਬਹੁਤ ਭੀੜ ਹੈ ਔਰ ਕੈਂਪ ਬਹੁਤ ਹੀ ਅੱਛੇ ਸੇ ਔਰਗਨਾਈਜ਼ ਕੀਆ ਹੁਆ ਹੈ ਔਰ ਬਹੁਤ ਹੀ ਅੱਛਾ ਚੱਲ ਰਹਾ ਹੈ। ਸਰ ਅਭੀ ਤੱਕ ਕਿਤਨੇ ਪੇਸ਼ੈਂਟ ਆਏ ਤੁਸੀਂ ਫਾਇਦਾ ਲੇ ਲਿਆ? ਮੇਰੇ ਪਾਸ ਅਭੀ 30 ਪੇਸ਼ੈਂਟ ਆ ਚੁਕੇ ਹੈ ਅਬ ਤੱਕ ਔਰ ਲਾਈਨ ਲਗੀ ਹੋਈ ਹੈ, ਦੇਖਤੇ ਹੈ ਸ਼ਾਮ ਤੱਕ ਕਿਤਨੇ ਹੋ ਗਏ। ਜੀ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ, ਮੈਂ ਡਾਕਟਰ ਜਿਵਤੇਸ਼ ਪਾਵਾ, ਹਾਰਟ ਸਪੈਸ਼ਲਿਸਟ ਨਵਾਂਸ਼ਹਿਰ ਪਾਵਾ ਹੋਸਪਿਟਲ ਤੋਂ। ਅੱਜ ਅਸੀਂ ਸਾਰੇ ਕਰਨਾਣਾ ਵਿਖੇ ਇਕੱਠੇ ਹੋਏ ਹਾਂ ਜਿੱਥੇ ਖੁਆਈ ਸੁਸਾਇਟੀ ਨੇ ਇੱਕ ਬਹੁਤ ਵਧੀਆ ਕੈਂਪ ਲਗਾਇਆ। ਅਸੀਂ ਆਲਮੋਸਟ ਮੈਂ ਹਾਰਟ ਦੇ 100 ਮਰੀਜ਼ ਹੁਣ ਤੱਕ ਦੇਖ ਚੁੱਕਾ, ਸਾਰਿਆਂ ਲਈ ECG BP ਸ਼ੂਗਰ ਚੈੱਕਅਪ ਦਾ ਪ੍ਰਬੰਧ ਆ, ਬਹੁਤ ਵਧੀਆ ਇਹਨਾਂ ਨੇ ਫੈਸਿਲਿਟੀਜ਼ ਪ੍ਰੋਵਾਈਡ ਕੀਤੀਆਂ, ਬਹੁਤ ਵਧੀਆ ਲੋੜਵੰਦ ਮਰੀਜ਼ਾਂ ਨੂੰ ਸਹੂਲਤ ਮਿਲ ਰਹੀ ਹੈ, ਮੁਫਤ ਦਵਾਈਆਂ ਵੰਡੀਆਂ ਜਾ ਰਹੀਆਂ। ਅਤੇ ਮੈਂ ਚਾਹੁੰਦਾ ਕਿ ਜਿਹੜੇ ਕੈਂਪ ਇਹਨਾਂ ਨੇ ਲਾਏ ਆ ਇਹ ਹਰ ਮਹੀਨੇ ਕੰਟੀਨਿਊ ਹੋਣ ਅਤੇ ਅਸੀਂ ਐਵਰੀ ਮੰਥ ਇੱਥੇ ਆਪਣੀ ਸਰਵਿਸਿਜ਼ ਦੇਣ ਲਈ ਰੈਡੀ ਹਾਂ। ਥੈਂਕ ਯੂ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੇਰਾ ਨਾਮ ਡਾਕਟਰ ਹੇਮਰਾਜ ਹੈ, ਮੈਂ ਫਗਵਾੜਾ ਤੋਂ ਆਉਣਾ, ਫਗਵਾੜਾ GV ਹਸਪਤਾਲ ਅਤੇ ਵਿਰਖ ਹਸਪਤਾਲ 'ਚ ਆਪਣੀਆਂ ਸੇਵਾਵਾਂ ਦਿੰਦਾ ਅਤੇ ਇੱਥੇ ਮੰਗਲਵਾਰ, ਵੀਰਵਾਰ ਅਤੇ ਐਤਵਾਰ ਵਾਲੇ ਦਿਨ ਰੈਪਾ ਚੈਰੀਟੇਬਲ ਹੋਸਪਿਟਲ ਦੇ ਵਿੱਚ ਆਉਣਾ। ਅੱਜ ਅਸੀਂ ਖੁਆਇਸ਼ ਵੈਲਫੇਅਰ ਸੁਸਾਇਟੀ ਵੱਲੋਂ ਇੱਥੇ ਇੱਕ ਕੈਂਪ ਦੇ ਵਿੱਚ ਹਿੱਸਾ ਲਿਆ ਅਤੇ ਇਹਦੇ ਵਿੱਚ ਹੱਡੀਆਂ ਦੇ ਅਸੀਂ ਲਗਭਗ 150 ਦੇ ਮਰੀਜ਼ ਦੇ ਅਰਾਊਂਡ ਮਰੀਜ਼ ਚੈੱਕ ਕੀਤੇ, ਜਿਨ੍ਹਾਂ ਦਾ ਫ੍ਰੀ ਕੈਲਸ਼ੀਅਮ ਟੈਸਟ ਵੀ ਅਸੀਂ ਨਾਲ ਕੀਤਾ। ਉਹ ਟੈਸਟ ਦੀ ਕੀਮਤ ਲਗਭਗ 1500 ਤੋਂ 2000 ਰੁਪਇਆ ਹੁੰਦੀ ਹੈ, ਜਿਹੜਾ ਕਿ ਕਮੇਟੀ ਵੱਲੋਂ ਸਾਰਿਆਂ ਦਾ ਫ੍ਰੀ ਕਰਵਾਇਆ ਗਿਆ ਅਤੇ ਬਾਕੀ ਲੋਕਾਂ ਨੂੰ ਦਵਾਈਆਂ ਵੀ ਅਸੀਂ ਇਹਦੇ ਵਿੱਚ ਫ੍ਰੀ ਦਿੱਤੀਆਂ ਅਤੇ ਜਿਹੜੇ ਲੋੜੀਂਦੇ ਟੈਸਟ ਆ ਉਹ ਵੀ ਅਸੀਂ ਨਾਲ ਕੀਤੇ। ਕੈਂਪ ਦਾ ਲਗਭਗ ਹੱਡੀਆਂ ਦੇ 150 ਮਰੀਜ਼ ਹੋ ਗਏ, ਬਾਕੀ ਅੱਖਾਂ ਦੇ ਵੱਖਰੇ ਸੀਗੇ, ਹਾਰਟ ਦੇ ਵੱਖਰੇ ਸੀ, ENT ਦੇ ਵੱਖਰੇ ਸੀ, ਉਹ ਸਾਰੇ ਵੱਖਰੇ ਵੱਖਰੇ ਮਰੀਜ਼ ਸੀ। ਸੰਸਥਾ ਦਾ ਉਪਰਾਲਾ ਬਹੁਤ ਵਧੀਆ ਹੈ ਜੀ, ਜਿਹੜਾ ਲੋਕਾਂ ਨੂੰ ਦੁੱਖਾਂ ਤੋਂ ਨਿਜਾਤ ਦੇ ਰਿਹਾ, ਇਸ ਤੋਂ ਵਧੀਆ ਕੰਮ ਹੋਰ ਕੀ ਹੋ ਸਕਦਾ। ਠੀਕ ਹੈ ਜੀ, ਥੈਂਕ ਯੂ ਜੀ, ਥੈਂਕ ਯੂ। ਅੱਜ ਦਾ ਜਿਹੜਾ ਕੈਂਪ ਸੀ ਅਸੀਂ ਖੁਆਇਸ਼ ਵੈਲਫੇਅਰ ਸੁਸਾਇਟੀ ਨੇ ਲਗਵਾਇਆ ਸੀ ਜੀ, ਰਵਿਦਾਸ ਗੁਰਦੁਆਰੇ ਕਰਨਾਣੇ ਦੇ ਵਿੱਚ, ਜਿਹਦੇ ਵਿੱਚ ਇਹਨਾਂ ਨੇ ਬਹੁਤ ਚੰਗੇ ਤਰੀਕੇ ਨਾਲ ਇੱਥੇ ਅਰੇਂਜਮੈਂਟ ਕੀਤਾ ਗਿਆ, ਪੇਸ਼ੈਂਟ ਲਈ ਵੀ, ਡਾਕਟਰਸ ਦੀ ਟੀਮ ਵੱਲੋਂ ਵੀ,
बहुत चंगे तरीके पेशेंट देखे गए बहुत भारी संख्या में। उम्मीद है कि लोगों को इन्ना बहुत बेनीफिट होया होगा। मैं पूरी ख्वाहिश सोसाइटी वेलफेयर वालों जो इन्होंने इन्ना शलाघा योग काम किया लोगों की सेवा प्लस इन्ना सोहना अरेजमेंट जिद डॉक्टर्स की टीम प्लस पेशेंट ना बहुत बेनीफिट होया ये अगे भी बढ़ चढ़ के इन्हों मैं शुभकामना देना कि जिस तरीके ने करते वो लोगों की सेवा वाल ये कर सारू इस चीज़ का फायदा होगा। थैंक यू। बहुत बहुत शुक्रगुजार हाँ ख्वाहिश वेलफेयर सोसायटी का जिन्हों के बड़े उपराले सदका अज मैगा कैंप ऑर्गनाइज किया गया जिस सैकड़े जोड़े लौटवंद मरीज आ वो अपने वक् वक् जड़िया बीमारियां उन्हों का इलाज करवाने के लिए जोड़े साढ़े तकरीबन हर एक बीमारी संबंधित जोड़े MD MBBS तकरीबन हायर लैवल की जी डॉक्टर की टीम आ वो सारी इन्होंने इतने इनवाइट की है। सो बहुत व्डा उपराला जोड़ा ख्वाहिश वेलफेयर सोसायटी ने किया मैं सारे भरावान दिल दिन गहराइया तो बहुत बहुत धन्यवाद करता। अच्छ असं पिंड करनाला पहुंचे हैं जी इतने नौजवानों वालों बहुत ही वधिया कैंप लगाया गया आया ख्वाहिश सोसायटी वालों जिस भी लोगों ने बढ़ चढ़ के जो अपना सहूलता लै रहे हैं। मैं पूरी ख्वाहिश वेलफेयर सोसायटी का धन्यवाद करती हाँ कि जो जो आम आदमी पार्टी सरकार दियाँ पंजाब सरकार दियाँ जो जो उन्होंने इच्छावान हैं वो सारिया जो जो एक हिस्सा पा रहे हैं अभी उस चीज़ का धन्यवाद करते हैं। सेहत सहूलतों के बीच जी स्टाफ की कमी है जी इंफ्रास्ट्रक्चर की कमी है जी कोई बिल्डिंग मटीरियल की कमी है कमरे की कमी है या मशीनरी की कमी है इस साल के बीच में सारिया कमियां दूर करने के लिए पंजाब सरकार ने बजट के जो पैसा रख के वो पास कर दिता। सरकारी हॉस्पिटलों के भी दो इसे साल तो बाद 5-6 महीनों के बाद तुसी देखोगे कि प्राइवेट हॉस्पिटलों वाग उत्थे तुहानू फैसिलिटियां मिल गई। जिहड़ा आम आदमी पार्टी का मुख एजेंडा सेहत सिक्ख्या रुजगार ते बिजली पानी ये पांच जिहड़े अहम मुद्दे ने जिहड़े हर एक इंसान नू इन्हां चीज़ां की सख्त लोड़ होंदी आ जिहड़ा हर एक गरीब अमीर नू चाहीदियां चीज़ां सेहत सिक्ख्या रुजगार बिजली ते पानी क्योंकि धन धन साहिब श्री गुरु नानक देव जी का फरमान आ कि पवन गुरु पानी पिता माता धरत महत। सो आप इस स्लोग को पढ़ते तो जरूर आ पर किसी ने अडोप्ट नहीं किया किसी ने भी गुरबाणी दियां तुकां वल ध्यान दे के इनू अपने जीवन च अपनाया नहीं। करनाले दे विच जो ख्वाहिश वेलफेयर सोसाइटी वालों उपराला किया गया है ये बहुत ही शलाघा योग है। पूरी टीम का मैं धन्यवाद करती हाँ जो तुम इन्ना वधिया काम कर रहे हो नाल दी नाल मैं सारे डॉक्टर साहबाना का उन्होंने टीम का फार्मासिस्ट का जिन्हें भी इतने डॉक्टर पहुँचे हैं उन्होंने फिर मैं धन्यवाद करती हाँ जो उन्होंने अपने छुट्टी वाले दिन का आनंद मार के इतने लोग सेवा के पहुंचे हैं। तो नाल दी नाल मैं पूरी टीम को बेनती करती हाँ कि परसनली जिथे भी तुहानू मेरी हेल्प की लोड़ आ आम आदमी पार्टी सरकार की पंजाब सरकार की लोड़ आ असी तुहाडे नाल डट के खड़े हाँ क्योंकि कई बार सरकार दियाँ कुछ रिस्ट्रिक्शंस होंदियां आ जिहदे राही वह इस लोअर लैवल तक इस ग्राउंड लैवल तक नहीं पहुँच सकते पर तुसी जो उपराला किया है असी तुहाडा कोट कोट धन्यवाद करते हाँ। नाल दी नाल मैं जिन्नी भी इतने मेरे माताओं मेरे भरा सारे पहुँचे हैं उन्होंने भी मैं बेनती करती हाँ कि जिहड़ी आप डिपेंडेंसी आ वह सिर्फ दवाइया तक ना रखिए आप अपनी सेहत का उदा भी ख्याल रखिए अपने खाण पीन का ख्याल रखिए जिहड़ियां अपनियां शरीरिक गतिविधियां आ आप उते भी थोड़ा जिहा गौर फरमाइए। वाहिगुरु जी का खालसा वाहिगुरु जी की फतेह। अज ख्वाहिश वेलफेयर सोसायटी वालों जो मैगा कैंप उलीकिया गया 16 अप्रैल अज 16 अप्रैल में ये सवेर तो ही अज उम आ के संगत ने यह फायदा लिया बहुत सारे मरीज जोड़े साढ़े तकरीबन हूँ तक
1000 के करीब मरीज हो जाने चल रहे कैंप अजे भी, जिदे कि अच्छ इन्हें मरीजों ने साडा जिहड़ा 1000 के करीब मरीजों ने फायदा लिया। तो असीं भी दिलों इस चीज़ को अपने आप को खुशी महसूस करते हैं कि असीं किसी के काम आए। साडी जिहड़ी ख्वाहिश वैलफेयर सोसायटी आ इह मानवता भलाई लई समर्पित है, तो असीं आने वाले टाइम च भी इस तरह ही इन्हां समूह संगतां की सेवा करते रहांगे। तो हुण तक जिन्ने भी मरीज आए, साडे जिन्ने भी डॉक्टर साहिबान आए, उन्होंने वालों सानू बहुत वधिया सहयोग मिलिया। जिन्ने भी साडे पोलीटिकल विंग तो भी बंदे आए, साडे जिन्ने भी आए, उन्होंने सारे का बहुत बहुत धन्यवाद करते हैं जी। दूसरा, असी एक गल दे उत्ते होर साडे तो कुछ कमियां पेशियां रह गईयां होणगीयां। पहली बार एडा वड्डा सानू प्रोग्राम अलीकण दे विच कमियां पेशियां आंदियां है जी, वाहेगुरू की कृपा रही, फिर भी बहुत वधिया रहा साडे वालों तां। पर जिन्नी कि साडे चो कमियां पेशियां रह गईयां उहदे लई असी हाथ जोड़ के माफ़ी मंगदे हां जी। ते अगे तो इस चीज़ का असी अपने आप वचनबद्ध हाँ कि आने वाले टाइम से जिन्ना भी असी जो भी इस तरह के कार्य लिखांगे अपने वालों अपना बेस्ट देवांगे जी। और आए हुए मीडिया का बहुत बहुत धन्यवाद, समूह संगत का बहुत बहुत धन्यवाद जी।